ਪ੍ਰੌਪਰਟੀ ਲਵਰ ਚੈਨਲ ਦੇਖ ਰਹੇ ਸਾਰੇ ਹੀ ਵੀਰਾਂ ਦਾ ਤੇ ਦਿਲੋਂ ਧੰਨਵਾਦ ਕੋਟ ਕੋਟੀ ਪ੍ਰਣਾਮ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਜੀ ਕਿਦਾਂ ਜੀ ਸਾਰੇ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਨਾਲ ਦਾ ਬੈਲ ਆਈਕਨ ਦਾ ਬਟਨ ਆਪ ਤੇ ਸੈਟ ਕਰ ਕਰ ਉਸ ਨੂੰ ਓਕੇ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਨਹੀਂ ਤਾਂ ਕੱਲ ਤੁਹਾਡੇ ਮਤਲਬ ਦੀ ਵੀ ਵੀ ਵੀਡੀਓ ਸਾਡੇ ਚੈਨਲ ਤੇ ਜਰੂਰ ਆਵੇਗੀ ਠੀਕ ਹੈ ਜੀ ਤਾਂ ਗੱਲ ਕਰਦੇ ਆ ਆਪਾਂ ਅੱਜ ਦੀ ਪ੍ਰੌਪਰਟੀ ਬਾਰੇ ਤੁਹਾਡੇ ਲਈ ਅੱਜ ਆ 10 ਮਰਲੇ ਜਗ੍ਹਾ ਦੇ ਵਿੱਚ ਇਹ ਕੋਠੀ ਤਿਆਰ ਹੈ ਜੀ ਠੀਕ ਹੈ ਜੀ ਕੋਠੀ ਦੇ ਵਿੱਚ ਟੋਟਲ 3 ਬੈੱਡਰੂਮ ਨੇ ਨੀਚੇ ਵਾਲੇ ਪੋਰਸ਼ਨ ਤੇ 3 ਬੈੱਡਰੂਮ ਨੇ 2 ਬੈੱਡਰੂਮ ਦੇ ਨਾਲ ਬਾਥਰੂਮ ਜਿਹੜੇ ਅਟੈਚ ਨੇ 2 ਠੀਕ ਹੈ ਜੀ ਤੇ ਲੌਬੀ ਏਰੀਆ ਬਹੁਤ ਖੁੱਲਾ ਡੁੱਲਾ ਜੀ ਤੇ ਇੱਕ ਤੁਹਾਨੂੰ ਟਾਇਲਟ ਬਾਥਰੂਮ ਲੌਬੀ ਦੇ ਵਿੱਚ ਮਿਲੇਗਾ ਉਹ ਹੈਗਾ ਜੀ 8x10 ਦਾ ਠੀਕ ਹੈ ਜੀ ਤੇ ਕਿਚਨ ਹੈ ਨੀਚੇ ਤੇ ਡ੍ਰੈਂਗ ਰੂਮ ਹੈ ਜੀ ਇੱਕ 14 ਬਾਈ 14 ਦਾ ਬੈੱਡਰੂਮ ਤੁਹਾਨੂੰ ਮਿਲਣਗੇ 3 12 ਬਾਈ 12 ਦੇ ਇਹ ਤਾਂ ਹੋ ਗਿਆ ਜੀ نیچے ਵਾਲਾ ਜੋ ਵੀ ਸੀਗਾ ਤੇ ਉੱਪਰ ਇੱਕ ਮੌਨਟੀ ਤੇ ਇਹਨਾਂ ਦਾ ਇੱਕ ਬਕਾਇਦਾ ਕਮਰਾ ਬਣਾਇਆ ਹੋਇਆ ਕੋਠੀ ਦੇ ਉੱਪਰ ਹੁਣ ਮੈਂ ਤੁਹਾਨੂੰ ਵੀਡੀਓ ਦਿਖਾਵਾਂਗਾ ਵੀਡੀਓ ਨੂੰ ਪੂਰਾ ਦੇਖਿਓ ਜੀ ਠੀਕ ਹੈ ਜੀ ਤੇ ਰੇਟ ਕੋਠੀ ਦਾ ਬਹੁਤ ਜਾਇਜ਼ ਲੈਣ ਵਾਲਾ ਰੇਟ ਅਤੇ ਮਾਲਕਾ ਦਾ ਨੰਬਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇ ਦੇਵਾਂਗਾ ਵੀਡੀਓ ਨੂੰ ਪੂਰਾ ਦੇਖ ਲਿਓ ਧਿਆਨ ਨਾਲ ਤੇ ਬਾਕੀ ਤੁਹਾਡੀ ਕਿੱਥੇ ਰਿਕੁਆਇਰਮੈਂਟ ਆ ਘਰ ਖਰੀਦਣ ਦੀ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਜੀ ਆ ਵੀਡੀਓ ਨੂੰ ਲਾਈਕ ਅਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਤੇ ਇਹ ਸੀਗੀ ਜੀ ਅੱਜ ਦੀ ਕੋਠੀ ਠੀਕ ਹੈ ਜੀ ਕੋਠੀ ਬਹੁਤ ਸੋਹਣੀ ਆ ਜੀ ਕਲਰ ਹੋਈ ਆ ਨਵਾਂ ਕਲਰ ਕਰਾਇਆ ਇਹਨਾਂ ਨੇ ਹਲੇ ਤਾਜ਼ਾ ਹੀ ਕਲਰ ਕੀਤਾ ਹੋਇਆ ਵਾ ਬਿਹੜਾ ਸਾਰਾ ਪੱਕਾ ਵਾ ਠੀਕ ਹੈ ਜੀ ਗੇਟ ਵੀ ਜਿਹੜਾ ਮੇਨ ਐਂਟਰੀ ਗੇਟ ਆ 8-10 ਫੁੱਟ ਦੀ ਉਹਦੀ ਚੜਾਈ ਹੈਗੀ ਐ ਗੱਡੀ ਅੰਦਰ ਜਾਂਦੀ ਐ ਠੀਕ ਹੈ ਜੀ ਤੇ ਬਿਹੜਾ ਖੁੱਲਾ ਡੁੱਲਾ ਨੀਤੇ ਜਿਹੜਾ ਫਰਸ ਐਂਟਰਲੌਕ ਲੱਗੀ ਹੋਈ ਐ ਠੀਕ ਹੈ ਜੀ ਬਿਹੜੇ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਆ ਮੂਰੇ ਆ ਗਿਆ ਜੀ مین ਪੋਰਚ ਆ ਗਿਆ ਠੀਕ ਹੈ ਜੀ ਤੇ ਇਹ ਮੇਨ ਐਂਟਰਸ ਇਹਦੀ ਜਿਹੜੀ ਹੈਗੀ ਆ ਕੋਠੀ ਦੀ ਇਧਰ ਹੋਈ ਹੈ ਜੀ ਡਬਲ ਡੋਰ ਲੱਗੇ ਹੋਏ ਨੇ ਕੋਠੀ ਨੂੰ ਜਾਲੀ ਵਾਲਾ ਤੇ ਪਲੱਸ ਗੇਟ ਤਾਂ ਸਾਨੂੰ ਮਿਲੇਗਾ ਤੇ ਇਹ ਆ ਗਿਆ ਜੀ ਲੌਬੀ ਏਰੀਆ ਖੁੱਲਾ ਡੁੱਲਾ ਜੀ ਨਾਲ ਹੀ ਤੁਹਾਨੂੰ ਕਿਚਨ ਮਿਲੇਗਾ ਕਿਚਨ ਵੀ ਜਿਹੜਾ ਖੁੱਲਾ ਡੁੱਲਾ ਵਾ ਜੀ ਠੀਕ ਹੈ ਜੀ ਕਲਰ ਪੇਂਟ ਹੋਇਆ ਹੋਇਆ ਵਧੀਆ ਡਿਜ਼ਾਈਨ ਕੀਤਾ ਹੋਇਆ ਕਲਰ ਪੇਂਟ ਤੁਹਾਨੂੰ ਦੱਸਿਆ ਨਵਾਂ ਹੀ ਹੋਇਆ ਹਲੇ ਤੇ ਇਹ ਆ ਗਿਆ ਜੀ ਡਰੈਗ ਰੂਮ ਜੇ ਇਹਦੀ ਸਪੇਸ ਦੀ ਗੱਲ ਕਰੀਏ ਤਾਂ ਆਪਾਂ 14x14 ਦਾ ਇਹ ਡਰੈਿੰਗ ਰੂਮ ਠੀਕ ਹੈ ਜੀ ਤੇ ਪੀਬੀਸੀ ਹੋਈ ਹੋਈ ਹੈ ਐਕਸੈਡ ਤੇ ਬਾਕੀ ਕਲਰ ਪੇਂਟ ਹੋਇਆ ਨੀਚੇ ਮਾਰਬਲ ਲੱਗਿਆ ਹੋਇਆ ਠੀਕ ਹੈ ਜੀ ਤੇ ਇਹ ਇਹਦੇ ਵਿੱਚ ਤੁਹਾਨੂੰ ਤਿੰਨ ਰੂਮ ਮਿਲਣਗੇ ਨੀਚੇ ਜੀ ਬੈਡਰੂਮ ਮਿਲਣਗੇ ਠੀਕ ਹੈ ਜੀ ਇਹ ਆ ਗਿਆ ਜੀ ਵਾਸ਼ਰੂਮ ਇਹ 8x10 ਇਹਦੀ ਸਪੇਸ ਆ ਇਹ ਲੌਬੀ ਦੇ ਵਿੱਚ ਤੁਹਾਨੂੰ ਮਿਲੇਗਾ ਇਹ ਖੁੱਲਾ ਡੁੱਲਾ ਜੀ ਪਹਿਲਾਂ ਇਹਨਾਂ ਦਾ ਸਟੋਰ ਸੀ ਇਹਨਾਂ ਨੇ ਵਾਸ਼ਰੂਮ ਦੇ ਵਿੱਚ ਕਨਵਰਟ ਕੀਤਾ ਇਸ ਨੂੰ ਤੇ ਲੱਬੀ ایریا ਤੁਸੀਂ ਦੇਖ ਸਕਦੇ ਹੋ ਖੁੱਲਾ ਡੁੱਲਾ ਜੀ ਕਲਰ ਪੇਂਟ ਹੋਇਆ ਜਿਹੜੇ ਪੌੜੀਆਂ ਨੇ ਉਹ ਅੰਦਰ ਦੀ ਚੜ੍ਹਦੀਆਂ ਨੇ ਉੱਪਰ ਠੀਕ ਹੈ ਜੀ ਇੱਕ اے ਰੂਮ ਆ ਗਿਆ ਜੀ ਇਸ ਰੂਮ ਦੀ ਫਿਨਿਸ਼ਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜੀ ਅਗਰ ਕਿਸੇ ਵੀਰ ਨੂੰ ਇਹ ਕੋਠੀ ਪਸੰਦ ਹੈ ਠੀਕ ਹੈ ਜੀ ਉਹ ਇਸ ਕੋਠੀ ਤੇ ਲੋਨ ਕਰਾਉਣਾ ਚਾਹੁੰਦਾ ਲੋਨ ਹੋ ਜਾਵੇਗਾ ਜੀ ਠੀਕ ਹੈ ਜੀ ਲੋਨ ਵੀ ਤੁਸੀਂ ਕਰਾ ਸਕਦੇ ਹੋ ਇਸ ਕੋਠੀ ਤੇ ਇੱਕ اے ਰੂਮ ਆ ਗਿਆ ਜੀ ਤਿੰਨ ਬੈੱਡਰੂਮ ਹੋਗੇ ਠੀਕ ਹੈ ਜੀ نیچے ਤੇ ਲੋਨ ਕਰਾ ਸਕਦੇ ਹੋ ਠੀਕ ਹੈ ਜੀ ਤੁਸੀਂ ਕਿਸੇ ਵੀ ਕਰਾਣ ਦਾ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਧਰਮਕੋਟ ਦੇ ਵਿੱਚ ਇਹ ਕੋਠੀ ਹੈ ਜੀ ਜ਼ਿਲ੍ਹਾ ਮੋਗਾ ਦੇ ਧਰਮਕੋਟ ਦੇ ਵਿੱਚ ਇਹ ਕੋਠੀ ਹੈ ਤੇ ਰੇਟ ਬਿਲਕੁਲ ਜਿਹੜਾ ਜਾਇਜ ਮੰਗਿਆ ਮਾਲਕਾਂ ਨੇ ਜਿਹੜੀ 25 ਲੱਖ ਰੁਪਈਆ ਡਿਮਾਂਡ ਕੀਤੀ ਆ ਇਸ ਕੋਠੀ ਦੀ ਠੀਕ ਹੈ ਜੀ 10 ਮਰਲੇ ਜਗ੍ਹਾ ਦੇ ਵਿੱਚ ਇਹ ਤਿਆਰ ਹੈ ਜਦੋਂ ਧਰਮਕੋਟ ਤੋਂ ਆਪਾਂ ਬਾਹਰ ਨੂੰ ਨਿਕਲਦੇ ਆ ਜਲੰਧਰ ਬਾਈਪਾਸ ਦੇ ਨੀਅਰ ਵਾਇ ਇਹ ਕੋਠੀ ਹੈ ਬਿਲਕੁਲ ਠੀਕ ਹੈ ਜੀ ਤੇ ਇਹ ਉੱਪਰ ਮਾਉਂਟੀ ਬਣੀ ਆ ਤੁਸੀਂ ਦੇਖ ਸਕਦੇ ਹੋ ਵਿਹੜਾ ਸਾਰਾ ਉੱਪਰ ਵੀ ਜਿਹੜਾ ਹੈਗਾ ਫਰਸ਼ ਲੱਗੀ ਹੋਈ ਹੈ ਠੀਕ ਹੈ ਜੀ ਉੱਪਰ ਇੱਕ ਤੁਹਾਨੂੰ ਇੱਕ ਬੈੱਡਰੂਮ ਮਿਲੇਗਾ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਯੂਜ਼ ਦੇ ਵਿੱਚ ਲਿਆ ਸਕਦੇ ਹੋ ਇਹ ਵੀ ਹੈ ਜੇ ਬੈੱਡਰੂਮ ਹੀ ਯੂਜ਼ ਕਰਦੇ ਨੇ ਇਸ ਨੂੰ ਤੁਸੀਂ ਵੀ ਇਸ ਨੂੰ ਕਿਸੇ ਵੀ ਤਰ੍ਹਾਂ ਯੂਜ਼ ਦੇ ਵਿੱਚ ਲਿਆ ਸਕਦੇ ਹੋ ਇਹ ਸਿੱਗੀ ਜੀ ਅੱਜ ਦੀ ਆਪਣੇ ਕੋਲੇ ਕੋਠੀ 10 ਮਰਲੇ ਦੇ ਵਿੱਚ ਤਿਆਰ ਹੈ ਠੀਕ ਹੈ ਜੀ ਜਿਸ ਦੇ ਵਿੱਚ ਤੁਹਾਨੂੰ ਤਿੰਨ ਬੈੱਡਰੂਮ 12x12 ਦੇ ਮਿਲਣਗੇ ਦੋ ਰੂਮਾਂ ਦੇ ਨਾਲ ਤੁਹਾਨੂੰ ਬਾਥਰੂਮ ਅਟੈਚ ਮਿਲਣਗੇ ਇੱਕ ਵਿਦਆਊਟ ਬਾਥਰੂਮ ਹੋਵੇਗਾ ਇੱਕ ਬਾਥਰੂਮ ਤੁਹਾਨੂੰ ਲੌਬੀ ਦੇ ਵਿੱਚ ਮਿਲੇਗਾ ਠੀਕ ਹੈ ਜੀ ਇਹ ਡ੍ਰਾਈੰਗ ਰੂਮ 14x14 ਦਾ ਮਿਲੇਗਾ ਤੇ ਕਿਚਨ ਮਿਲੇਗਾ نیچے ਉੱਪਰ ਤੁਹਾਨੂੰ ਜਿਹੜਾ ਹੈਗਾ ਵਾ ਮਾਉਂਟੀ ਅਤੇ ਇੱਕ ਬੈੱਡਰੂਮ ਮਿਲੇਗਾ ਠੀਕ ਹੈ ਜੀ ਇਹ ਸੀਗੀ ਜੀ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਮਾਲਕਾਂ ਨੇ 25 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਕੀਤੀ ਆ ਰੇਟ ਦੀ ਡਿਜੈਸਟਮੈਂਟ ਹੋ ਜਾਵੇਗੀ ਤੇ ਬਾਕੀ 25 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਆ ਮਾਲਕਾਂ ਦਾ ਨੰਬਰ ਹੈਗਾ ਜੀ 9915993088 ਇਹ ਮਾਲਕਾਂ ਦਾ ਨੰਬਰ ਹੈ ਜ਼ਿਲ੍ਹਾ ਮੋਗਾ ਦੇ ਧਰਮਕੋਟ ਪਿੰਡ ਦੇ ਵਿੱਚ ਇਹ ਕੋਠੀ ਹੈ ਠੀਕ ਹੈ ਜੀ ਜਲੰਧਰ ਬਾਈਪਾਸ ਦੇ ਨੇੜੇ ਹੈ ਇਹ ਜੇ ਬਾਕੀ ਹੋਰ ਗੱਲ ਹੈ ਜੀ ਨਾਨਕਸਰ ਗੁਰਦੁਆਰਾ ਜਿਹੜਾ ਉਹ ਬਿਲਕੁਲ ਉਹਦੇ ਨੇੜੇ ਹੈ ਠੀਕ ਹੈ ਜੀ ਨਾਨਕਸਰ ਗੁਰਦੁਆਰਾ ਸਾਹਿਬ ਦੇ ਕੋਲ ਨੇ ਇਹ ਕੋਠੀ ਤੇ ਇਹ ਸੀਗੀ ਜੀ ਅੱਜ ਦੀ ਕੋਠੀ ਬਾਰੇ ਜਾਣਕਾਰੀ ਤੁਹਾਡੀ ਕਿੱਥੇ ਰਿਕੁਆਇਰਮੈਂਟ ਆ ਮੈਂ ਪਹਿਲਾਂ ਵੀ ਦੱਸ ਘਟਿਆ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਜਰੂਰ ਕਰਕੇ ਜਾਣਾ ਤੇ ਮਿਲਦੇ ਆਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ